ਹਾਈਵੇ ਤੇ ਜਾਮ ਲਾਈ ਬੈਠੇ ਇਹ ਉਹ ਪਿੰਡ ਵਾਸੀ ਨੇ ਜਿਨ੍ਹਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਤੇ ਹੀ ਕਿਸੇ ਨੇ ਕਬਜ਼ਾ ਕਰ ਲਿਆ। ਮੜੀਆਂ ਦੇ ਕਬਜ਼ੇ ਨੂੰ ਲੈ ਕੇ ਹੀ ਇਹ ਪਿੰਡ ਵਾਲੇ ਵਿਰੋਧ ਕਰ ਰਹੇ ਨੇ ਤੇ ਇਸੇ ਵਿਰੋਧ ਦੇ ਵਿੱਚ ਉਹਨਾਂ ਨੇ ਹਾਈਵੇ ਜਾਮ ਕਰ ਦਿੱਤਾ ਹੈ। ਰਾਹਗੀਰ ਪਰੇਸ਼ਾਨ ਹੋ ਰਹੇ ਨੇ, ਬੱਸਾਂ ਗੱਡੀਆਂ ਰਾਜ ਹੀ ਰੁਕੀਆਂ ਪਈਆਂ ਨੇ ਤੇ ਇਹ ਪਿੰਡ ਵਾਸੀ ਨੈਸ਼ਨਲ ਹਾਈਵੇ ਤੇ ਧਰਨਾ ਲਾ ਕੇ ਬੈਠੇ ਨੇ। ਮਾਮਲਾ ਬਟਾਲਾ ਦੇ ਨੇੜਲੇ ਪਿੰਡ ਖੋਖਰ ਫੌਜੀਆਂ ਦਾ ਹੈ, ਜਿੱਥੇ ਮੜੀਆਂ ਦੇ ਉੱਤੇ ਇੱਕ ਬਾਬੇ ਦੇ ਕਰਿੰਦਿਆਂ ਦੇ ਵੱਲੋਂ ਕਬਜ਼ਾ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੇ ਇਸੇ ਨੂੰ ਲੈ ਕੇ ਹੀ ਪਿੰਡ ਵਾਸੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੜੀਆਂ ਜਾਂ ਸ਼ਮਸ਼ਾਨ ਘਾਟ ਤੇ ਕਬਜ਼ਾ ਕਰਨਾ ਸਹੀ ਗੱਲ ਨਹੀਂ ਹੈ। ਇਹ ਮੜੀਆਂ 'ਚ ਉਹਨਾਂ ਦੇ ਪੁਰਖਿਆਂ ਤੱਕ ਦੇ ਸੰਸਕਾਰ ਹੋਏ ਨੇ ਤੇ ਇਹ ਉਹਨਾਂ ਤੇ ਕਬਜ਼ਾ ਨਹੀਂ ਕਰ ਸਕਦੇ, ਇਸ ਲਈ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ, ਜਿਸ ਕਰਕੇ ਹੁਣ ਉਹਨਾਂ ਨੇ ਆਪਣੇ ਤੌਰ ਤੇ ਖੁਦ ਵਿਰੋਧ ਕਰਦਿਆਂ ਹੋਇਆਂ ਨੈਸ਼ਨਲ ਹਾਈਵੇ ਤੇ ਧਰਨਾ ਲਾ ਦਿੱਤਾ ਹੈ, ਜਾਮ ਕਰ ਦਿੱਤਾ ਹੈ ਨੈਸ਼ਨਲ ਹਾਈਵੇ ਨੂੰ, ਜਿਸ ਕਰਕੇ ਰਾਹਗੀਰ ਪਰੇਸ਼ਾਨ ਹੋ ਰਹੇ ਨੇ ਤੇ ਇੱਥੇ ਪਿੰਡ ਵਾਲਿਆਂ ਨੇ ਸਾਫ਼ ਕਿਹਾ ਹੈ ਕਿ ਜਦ ਤੱਕ ਪ੍ਰਸ਼ਾਸਨ ਉਹਨਾਂ ਦੀ ਸੁਣਵਾਈ ਨਹੀਂ ਕਰਦਾ ਉਹਨਾਂ ਦੇ ਵੱਲੋਂ ਇਸੇ ਤਰ੍ਹਾਂ ਨੈਸ਼ਨਲ ਹਾਈਵੇ ਨੂੰ ਬੰਦ ਰੱਖਿਆ ਜਾਏਗਾ। ਇਹਨਾਂ ਨੇ ਪਹਿਲਾਂ ਸੁਰਿੰਦਰ ਕੌਰ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ, ਜਿੱਥੇ ਗਰਾਊਂਡ ਬਣਾਈ ਸਾਡੇ ਦਾਦੇ ਦੀ ਮਾਲਕੀ ਆ, ਪਿੰਡ ਵਾਲਿਆਂ ਨੇ ਸਾਡਾ ਸਾਥ ਨਹੀਂ ਦਿੱਤਾ। ਉਹ ਮੌਕਾ 'ਤੇ ਜਾ ਕੇ ਸਾਡੇ ਦਾਦੇ ਦੀ ਮਾਲਕੀ ਦੇ ਸਕਦੇ ਨੇ, ਹੁਣ ਇਹਨੇ ਮੁੱਦਾ ਚੁੱਕਿਆ ਮਛਾਣ ਘਾਟ 'ਤੇ, ਗਲਤ ਮੁੱਦਾ ਚੁੱਕਿਆ ਗਿਆ ਆ, ਮਛਾਣ ਘਾਟ ਸਾਡਾ ਉੱਥੇ ਰਹਿਣਾ ਆ, ਇਹ ਗਲਤ ਕੰਮ ਹੋਣ ਡਏ ਨੇ। ਸੁਰਿੰਦਰ ਕੌਰ ਉਹ ਬੰਨੇ ਸਾਥ ਦਿੱਤਾ, ਬਾਬਾ ਜੀ ਸਿਰ ਸਿੰਘ ਜਿਹੜਾ ਹੈ ਉਹ ਬੜੇ ਚਿਰ ਦਾ ਇਸ ਚੀਜ਼ ਨੂੰ ਚਾਹੁੰਦਾ ਸੀ ਕਲੋਚ ਕਰਨਾ, ਪਰ ਇਹਨਾਂ ਨੂੰ ਸਾਥ ਨਹੀਂ ਦੇਣਾ ਚਾਹੀਦਾ। ਸਾਡੀਆਂ ਮੜੀਆਂ ਇੱਥੇ ਰਹਿਣਗੀਆਂ, ਸਾਡੇ ਵੱਡ ਵਡੇਰੇ ਇੱਥੇ ਜਿਹੜੇ ਆ ਉਹ ਗਏ ਨੇ, ਨਹੀਂ ਸਾਨੂੰ ਮਨਜ਼ੂਰ ਆ, ਅਸੀਂ ਇੱਥੇ ਰੱਖਣੀਆਂ ਆਪਣੀਆਂ ਮੜੀਆਂ ਜਿੱਥੇ ਸਾਡੀਆਂ ਪੁਰਾਣੀਆਂ ਨੇ। ਹਾਈਵੇ ਤੇ ਜਾਮ ਲਾਈ ਬੈਠੇ ਇਹ ਉਹ ਪਿੰਡ ਵਾਸੀ ਨੇ ਜਿਨ੍ਹਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਤੇ ਹੀ ਕਿਸੇ ਨੇ ਕਬਜ਼ਾ ਕਰ ਲਿਆ। ਮੜੀਆਂ ਦੇ ਕਬਜ਼ੇ ਨੂੰ ਲੈ ਕੇ ਹੀ ਇਹ ਪਿੰਡ ਵਾਲੇ ਵਿਰੋਧ ਕਰ ਰਹੇ ਨੇ ਤੇ ਇਸੇ ਵਿਰੋਧ ਦੇ ਵਿੱਚ ਉਹਨਾਂ ਨੇ ਹਾਈਵੇ ਜਾਮ ਕਰ ਦਿੱਤਾ ਹੈ। ਰਾਹਗੀਰ ਪਰੇਸ਼ਾਨ ਹੋ ਰਹੇ ਨੇ, ਬੱਸਾਂ ਗੱਡੀਆਂ ਰਾਜ ਹੀ ਰੁਕੀਆਂ ਪਈਆਂ ਨੇ ਤੇ ਇਹ ਪਿੰਡ ਵਾਸੀ ਨੈਸ਼ਨਲ ਹਾਈਵੇ ਤੇ ਧਰਨਾ ਲਾ ਕੇ ਬੈਠੇ ਨੇ। ਮਾਮਲਾ ਬਟਾਲਾ ਦੇ ਨੇੜਲੇ ਪਿੰਡ ਖੋਖਰ ਫੌਜੀਆਂ ਦਾ ਹੈ, ਜਿੱਥੇ ਮੜੀਆਂ ਦੇ ਉੱਤੇ ਇੱਕ ਬਾਬੇ ਦੇ ਕਰਿੰਦਿਆਂ ਦੇ ਵੱਲੋਂ ਕਬਜ਼ਾ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੇ ਇਸੇ ਨੂੰ ਲੈ ਕੇ ਹੀ ਪਿੰਡ ਵਾਸੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੜੀਆਂ ਜਾਂ ਸ਼ਮਸ਼ਾਨ ਘਾਟ ਤੇ ਕਬਜ਼ਾ ਕਰਨਾ ਸਹੀ ਗੱਲ ਨਹੀਂ ਹੈ। ਇਹ ਮੜੀਆਂ 'ਚ ਉਹਨਾਂ ਦੇ ਪੁਰਖਿਆਂ ਤੱਕ ਦੇ ਸੰਸਕਾਰ ਹੋਏ ਨੇ ਤੇ ਇਹ ਉਹਨਾਂ ਤੇ ਕਬਜ਼ਾ ਨਹੀਂ ਕਰ ਸਕਦੇ, ਇਸ ਲਈ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ, ਜਿਸ ਕਰਕੇ ਹੁਣ ਉਹਨਾਂ ਨੇ ਆਪਣੇ ਤੌਰ ਤੇ ਖੁਦ ਵਿਰੋਧ ਕਰਦਿਆਂ ਹੋਇਆਂ ਨੈਸ਼ਨਲ ਹਾਈਵੇ ਤੇ ਧਰਨਾ ਲਾ ਦਿੱਤਾ ਹੈ, ਜਾਮ ਕਰ ਦਿੱਤਾ ਹੈ ਨੈਸ਼ਨਲ ਹਾਈਵੇ ਨੂੰ, ਜਿਸ ਕਰਕੇ ਰਾਹਗੀਰ ਪਰੇਸ਼ਾਨ ਹੋ ਰਹੇ ਨੇ ਤੇ ਇੱਥੇ ਪਿੰਡ ਵਾਲਿਆਂ ਨੇ ਸਾਫ਼ ਕਿਹਾ ਹੈ ਕਿ ਜਦ ਤੱਕ ਪ੍ਰਸ਼ਾਸਨ ਉਹਨਾਂ ਦੀ ਸੁਣਵਾਈ ਨਹੀਂ ਕਰਦਾ ਉਹਨਾਂ ਦੇ ਵੱਲੋਂ ਇਸੇ ਤਰ੍ਹਾਂ ਨੈਸ਼ਨਲ ਹਾਈਵੇ ਨੂੰ ਬੰਦ ਰੱਖਿਆ ਜਾਏਗਾ। ਇਹਨਾਂ ਨੇ ਪਹਿਲਾਂ ਸੁਰਿੰਦਰ ਕੌਰ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ, ਜਿੱਥੇ ਗਰਾਊਂਡ ਬਣਾਈ ਸਾਡੇ ਦਾਦੇ ਦੀ ਮਾਲਕੀ ਆ, ਪਿੰਡ ਵਾਲਿਆਂ ਨੇ ਸਾਡਾ ਸਾਥ ਨਹੀਂ ਦਿੱਤਾ। ਉਹ ਮੌਕਾ 'ਤੇ ਜਾ ਕੇ ਸਾਡੇ ਦਾਦੇ ਦੀ ਮਾਲਕੀ ਦੇ ਸਕਦੇ ਨੇ, ਹੁਣ ਇਹਨੇ ਮੁੱਦਾ ਚੁੱਕਿਆ ਮਛਾਣ ਘਾਟ 'ਤੇ, ਗਲਤ ਮੁੱਦਾ ਚੁੱਕਿਆ ਗਿਆ ਆ, ਮਛਾਣ ਘਾਟ ਸਾਡਾ ਉੱਥੇ ਰਹਿਣਾ ਆ, ਇਹ ਗਲਤ ਕੰਮ ਹੋਣ ਡਏ ਨੇ। ਸੁਰਿੰਦਰ ਕੌਰ ਉਹ ਬੰਨੇ ਸਾਥ ਦਿੱਤਾ, ਬਾਬਾ ਜੀ ਸਿਰ ਸਿੰਘ ਜਿਹੜਾ ਹੈ ਉਹ ਬੜੇ ਚਿਰ ਦਾ ਇਸ ਚੀਜ਼ ਨੂੰ ਚਾਹੁੰਦਾ ਸੀ ਕਲੋਚ ਕਰਨਾ, ਪਰ ਇਹਨਾਂ ਨੂੰ ਸਾਥ ਨਹੀਂ ਦੇਣਾ ਚਾਹੀਦਾ। ਸਾਡੀਆਂ ਮੜੀਆਂ ਇੱਥੇ ਰਹਿਣਗੀਆਂ, ਸਾਡੇ ਵੱਡ ਵਡੇਰੇ ਇੱਥੇ ਜਿਹੜੇ ਆ ਉਹ ਗਏ ਨੇ, ਨਹੀਂ ਸਾਨੂੰ ਮਨਜ਼ੂਰ ਆ, ਅਸੀਂ ਇੱਥੇ ਰੱਖਣੀਆਂ ਆਪਣੀਆਂ ਮੜੀਆਂ ਜਿੱਥੇ ਸਾਡੀਆਂ ਪੁਰਾਣੀਆਂ ਨੇ।